ਕਰਾਂ ਗਏ ਪਠਾਨਕੋਟ ਦਿੱਲੀ ਪਠਾਨਕੋਟ ਐਕਸਪ੍ਰੈਸ ਤੋਂ ਸਿਰਫ ਕੁਛ ਐਕਸਪ੍ਰੈਸ ਵੀ ਜਰਨੀ ਕਰਨੀ ਜੰਮੂ ਤੋਂ ਵੀ ਅਹਿਮਦਾਬਾਦ ਇਹ ਪ੍ਰਭਾਵ ਹੈ ਰੂਟ ਵੱਡ ਗੱਡੀ ਹੈ ਅੰਮ੍ਰਿਤਸਰ ਜੰਕਸ਼ਨ ਦੇ ਵਿੱਚ ਅਤੇ ਅੰਮ੍ਰਿਤਸਰ ਜੰਕਸ਼ਨ ਤੇ ਹੁਣ ਇਹਦਾ ਲੋਕਲ ਰਿਵਰਸਲ ਹੋਊਗਾ ਚੈਨਲ ਦੇ ਉੱਤੇ ਅੱਜ ਆਪਾਂ ਜਰਨੀ ਕਰਾਂਗੇ ਪਠਾਨਕੋਟ ਦਿੱਲੀ ਪਠਾਨਕੋਟ ਐਕਸਪ੍ਰੈਸ ਤੋਂ ਸਿਰਫ ਕੁਛ ਐਕਸਪ੍ਰੈਸ ਵੀ ਜਰਨੀ ਕਰਨੀ ਹੈ ਆਪਾਂ ਅਤੇ ਆਪਣਾ ਜਿਹੜਾ ਕੋਚ ਹੈਗਾ ਆਪਾਂ ਜਰਨੀ ਕਰਾਂਗੇ ਅੱਜ ਛੇਰਕਰ ਵਿੱਚ 2S ਨੋਨ AC ਛੇਰਕਰ ਅਤੇ ਆਪਣੀ ਜਰਨੀ ਹੈਗੀ ਆ 88 ਖੜਿਆ ਅੰਬਾਲਾ ਕੈਂਟ ਜੰਕਸ਼ਨ ਦੇ ਵਿੱਚ ਅਤੇ ਅੱਜ ਦੀ ਆਪਣੀ ਜਰਨੀ ਅੰਬਾਲਾ ਕੈਂਟ ਤੋਂ ਲੈ ਕੇ ਬਟਾਲਾ ਜੰਕਸ਼ਨ ਦੇ ਵਿੱਚ ਹੋਊਗੀ ਅਤੇ ਅੱਜ ਮੌਸਮ ਬਹੁਤ ਮੀਂਹ ਵਾਲਾ ਹੋਇਆ ਕਿਉਂਕਿ ਇਸ ਟਾਈਮ ਬੜਾ ਮੀਂਹ ਪੈ ਰਿਹਾ ਅਤੇ ਅਸੀਂ ਮਤਲਬ ਅੰਬਾਲਾ ਹੀ ਬੜੀ ਮੁਸ਼ਕਿਲ ਨਾਲ ਹੀ ਪਹੁੰਚੇ ਹੈ ਅਤੇ ਕਾਫੀ ਬੱਦਲ ਵਾਈ ਹੋਈ ਹੈ ਮੀਂਹ ਪੈ ਰਿਹਾ ਹੁਣ ਇਸ ਟਾਈਮ ਅਤੇ ਹੁਣ ਇੱਧਰ ਮਾਲਵਾ ਆ ਰਹੀ ਹੈ ਅਤੇ ਥੋੜ੍ਹਾ ਟਾਈਮ 'ਚ ਆਪਣੀ ਗੱਡੀ ਵੀ ਆ ਜਾਊਗੀ ਦਿੱਲੀ ਪਠਾਨਕੋਟ ਜੈਕਟ ਪਾਣੀ ਲੱਗੇ ਠੰਡ ਹੋ ਗਈ ਤੁਸੀਂ ਸੋਚ ਸਕਦੇ ਵੀ ਠੰਡ ਹੋ ਗਈ ਹੋਣੀ ਹੈ ਅਤੇ ਅੱਜ ਦੀ ਆਪਣੀ ਜਿਹੜਾ ਡੇਟ ਹੈਗੀ ਹੈ 16 ਅਕਤੂਬਰ ਹੈਗੀ ਅੱਜ ਅਤੇ ਟਾਈਮ ਹੋ ਰਿਹਾ ਜਸ ਵੱਜ ਕੇ 37 ਮਿੰਟ ਹੋ ਗਏ ਬਸ 10-15 ਮਿੰਟ ਤੱਕ ਆਪਣੀ ਗੱਡੀ ਆ ਜਾਣੀ ਹੈ ਤੁਹਾਨੂੰ ਦਿਖਾਵਾਂਗੇ ਉਦੋਂ ਅਰਾਈਵਲ ਹੋ ਗੱਡੀ ਦਾ ਐਕਸਪ੍ਰੈਸ ਇੰਦੌਰ ਡਾਕਟਰ ਅੰਬੇਦਕਰ ਨਗਰ ਤੋਂ ਲੈ ਕੇ ਕਟਰਾ ਜਾਣ ਵਾਲੀ ਮਾਲਵਾ ਐਕਸਪ੍ਰੈਸ ਅਤੇ ਇਹ ਵੀ ਥੋੜ੍ਹੀ ਲੇਟ ਚੱਲ ਰਹੀ ਹੈ 1 ਡੇਢ ਘੰਟਾ ਲੱਗਦਾ ਬਾਕੀ ਅੱਜ ਹੁਣ ਤਾਂ ਕੋਈ ਨਵਰਾਤਰੇ ਸ਼ੁਰੂ ਹੋ ਚੁੱਕੇ ਹੈ ਅਤੇ ਮਾਤਾ ਦੇ ਮੰਦਰ ਜਦੋਂ ਲੋਕ ਜਾਂਦੇ ਆ ਕਟਰਾ ਜਾਂਦੇ ਹੁੰਦੇ ਆ ਅਤੇ ਹੁਣ ਕਾਫੀ ਟ੍ਰੇਨ ਰਸ਼ ਪਊਗਾ ਅੱਜ ਗੱਡੀ ਖਾਲੀ ਹੈ ਪਰ ਗੱਡੀ ਵਿੱਚ ਸਵਾਰੀ ਕਾਫੀ ਔਨਵਰਡ ਹੋ ਰਹੀ ਹੈ ਮੈਂ ਦੇਖ ਰਿਹਾ ਅਤੇ ਹੁਣ ਦੇਖੀ ਜਦੋਂ ਆਪਣੀ ਗੱਡੀ ਆਊਗੀ ਹੁਣ ਤਾਂ ਹਵਾ ਚੱਲ ਜਾਂਦਾ ਇਹ ਤੁਹਾਨੂੰ ਤਾਂ ਦੇ ਦਿੰਦਾ ਇਨਫੋਰਮੇਸ਼ਨ ਇਹ ਗੱਡੀ ਦਾ ਨੰਬਰ ਹੈਗਾ 2249 ਓਲਡ ਦਿੱਲੀ ਪਠਾਨਕੋਟ ਕੈਂਟ ਜੰਕਸ਼ਨ ਇੰਟਰ ਸੁਪਰਫਾਸਟ ਐਕਸਪ੍ਰੈਸ ਹੈਗੀ ਹੈ ਟ੍ਰੇਨ ਅਤੇ ਇਹ ਟ੍ਰੇਨ ਓਲਡ ਦਿੱਲੀ ਚੱਲਦੀ ਹੈ 8:15 ਵਜੇ ਅਤੇ ਲੁਧਿਆਣਾ ਆਪਣੀ ਅੰਬਾਲਾਗੜ੍ਹ ਪਹੁੰਚ ਜਾਂਦੀ ਹੈ 11:10 'ਤੇ ਲੁਧਿਆਣਾ ਪਹੁੰਚ ਜਾਂਦੀ ਹੈ ਇਹ 12:55 'ਤੇ ਅਤੇ ਅੰਮ੍ਰਿਤਸਰ ਪਹੁੰਚ ਚੁੱਕੀ ਹੈ ਗੱਡੀ ਅੰਮ੍ਰਿਤਸਰ ਵੀ ਜਾਂਦੀ ਹੈ ਅੰਮ੍ਰਿਤਸਰ ਜਾਂਦੀ ਹੈ 3:20 'ਤੇ ਅਤੇ ਉਸ ਤੋਂ ਬਾਅਦ ਚੰਦੇ ਪਹੁੰਚ ਗਈ ਹੈ ਉਸ ਤੋਂ ਬਾਅਦ ਇਹ ਬਟਾਲੇ ਤੋਂ ਪਹੁੰਚਾਊਗੀ 4:15 ਪਹੁੰਚੂਗੀ ਅਤੇ ਉਸ ਤੋਂ ਬਾਅਦ ਫਿਰ ਇਹ ਬਟਾਲੇ ਜੰਕਸ਼ਨ ਪਹੁੰਚਦੀ ਹੈ ਸ਼ਾਮ ਨੂੰ 6:30 ਵਜੇ ਇਹ ਟ੍ਰੇਨ ਦੀ ਇਨਫੋਰਮੇਸ਼ਨ ਸੀ ਗੱਡੀ ਦੀ ਕੁਛ ਅਤੇ ਇਸਦਾ ਇਹਦੇ ਵਿੱਚ 6 ਕਾਰ ਹੈਗੇ ਜਰਨਲ ਹੈਗੇ ਅਤੇ ਇਹ 6 ਕਾਰ ਹੈਗੇ ਤੁਸੀਂ ਜੋ ਮਰਜ਼ੀ ਦਾ ਤੁਹਾਨੂੰ ਵਧੀਆ ਲੱਗਦਾ ਦੇਖ ਸਕਦੇ ਹੋ ਅਤੇ ਇੱਧਰ ਆ ਗਈ ਹੈ ਕੋਚੂ ਵਾਲੀ ਚੰਡੀਗੜ੍ਹ ਐਕਸਪ੍ਰੈਸ ਇਹ ਵੀ ਕਾਫੀ ਲੇਟ ਚੱਲ ਰਹੀ ਮਤਲਬ 1 ਡੇਢ ਘੰਟਾ ਇਹ ਵੀ ਲੇਟ ਹੈ ਬਾਕੀ ਹੁਣ ਇਹ ਵੀ ਖਾਲੀ ਆ ਰਹੀ ਗੱਡੀ ਗੱਡੀ ਘੈਂਟ ਹੈ ਜੀ ਸਫ਼ਰ ਕ੍ਰਾਂਤੀ ਗੱਡੀ ਹੈ ਇਹ ਕੋਚੂ ਵੈਲੀ ਚੰਡੀਗੜ੍ਹ ਸਫ਼ਰ ਕ੍ਰਾਂਤੀ ਇਸ ਦੇ ਬਸ ਹੁਣ ਦੇਖਦੇ ਜਦੋਂ ਆਪਣੀ ਗੱਡੀ ਲੰਗਾ ਟਾਈਮ ਤੇ ਓਪਨ ਹੋ ਗਿਆ ਬਾਕੀ ਮੈਨੂੰ ਥੋੜ੍ਹਾ ਮੌਸਮ ਵਧੀਆ ਹੋ ਗਿਆ ਹੁਣ ਮੀਂਹ ਨਹੀਂ ਪੈ ਰਿਹਾ ਅਤੇ ਉਮੀਦ ਕਰਦੇ ਮੀਂਹ ਪਵੇ ਵੀ ਨਾ ਅਤੇ ਗੱਡੀ ਹੁਣ ਪਹਿਲਾਂ ਇਹ ਦਿੱਲੀ ਸਾਈਡ ਤੋਂ ਆਈ ਹੁਣ ਇਹ ਦਿੱਲੀ ਸਾਈਡ ਤੋਂ ਹੁਣ ਆਪਣੀ ਆਊਗੀ ਹੁਣ ਇਹ ਓਵਰਟੇਕ ਵਜੀ ਹੋਣਾ ਸ਼ਾਇਦ ਗੱਡੀ ਕਰਕੇ ਕਿਉਂਕਿ ਸੰਪਰਕ ਜਿਹੜੀ ਹੈਗੀ ਆਪਣੀ 12919 ਮਾਲਵਾ ਐਕਸਪ੍ਰੈਸ ਡਿਪਾਰਟ ਕਰ ਗਈ ਪਲੈਟਫਾਰਮ 7 ਤੋਂ
ਬਸ ਹੁਣ ਆਪਣੀ ਗੱਡੀ ਥੋੜ੍ਹੀ ਦੇਰ ਤੱਕ ਆਜੂਗੀ, ਜਿੱਥੋਂ ਦਿਖਾਵਾਂਗੇ ਜਦੋਂ ਆਊਗੀ ਗੱਡੀ। ਆਪਣਾ ਕੋਚ ਹੈਗਾ D1 ਕੋਚ ਹੈ ਆਪਣਾ, ਅਤੇ ਹੁਣ ਦੇਖ ਆਪਣਾ ਡੱਬਾ ਸਾਰੀ ਟ੍ਰੇਨ ਪਲੈਟਫਾਰਮ ਜਾ ਚੁੱਕੀ ਹੈ ਅਤੇ ਆਪਣਾ ਡੱਬਾ D1 ਹੈਗਾ, ਇਹ ਵਾਲਾ ਕੋਚ ਹੈ, ਦੇਖ ਸਕਦੇ ਹੋ। ਬਾਕੀ ਹੁਣ ਟ੍ਰੇਨ 10 ਮਿੰਟ ਖੜੂਗੀ ਮੈਂ ਲੱਗਦਾ, ਅਤੇ ਉਸ ਤੋਂ ਬਾਅਦ ਟ੍ਰੇਨ ਡਿਪਾਰਟ ਕਰੂਗੀ। ਬਾਕੀ ਉਦੋਂ ਦਿਖਾਵਾਂਗੇ ਆਪਣਾ ਬਟਾਲੇ ਜਾਂਦੇ, ਆਪਾਂ ਦਿਖਾਵਾਂਗੇ ਬਟਾਲਾ ਜੰਕਸ਼ਨ। ਅਤੇ ਅੰਬਾਲੇ ਐਸੋਸੀਏਸ਼ਨ ਕੋਡ ਹੈ ਉਹ UMB ਹੈ, ਅਤੇ ਜਿਹੜਾ ਬਟਾਲੇ ਐਸੋਸੀਏਸ਼ਨ ਕੋਡ ਹੈ ਉਹ BAT ਹੈ, ਜੰਕਸ਼ਨ। ਅਤੇ ਬਟਾਲਾ ਜੰਕਸ਼ਨ ਇਸ ਕਰਕੇ ਵੀ ਹੈ ਕਿਉਂਕਿ ਉਹ ਬਟਾਲੇ ਤੋਂ ਨਾ ਇੱਕ ਲਾਈਨ ਜਾਂਦੀ ਹੈ ਕਾਦੀਆਂ ਨੂੰ, ਅਤੇ ਉੱਥੇ ਮੁੰਡਾ ਇੱਕ ਅੱਧੀ ਟ੍ਰੇਨ ਚੱਲਦੀ ਹੈ, DMU ਵਗੈਰਾ ਉਹ ਚੱਲਦੀ ਹੈ, ਬਾਕੀ ਕੋਈ ਟ੍ਰੇਨ ਚੱਲਦੀ ਨਹੀਂ ਹੈਗੀ ਉੱਥੇ। ਹੁਣ ਟ੍ਰੇਨ ਚੱਲੂਗੀ, ਤੁਹਾਨੂੰ ਦਿਖਾਵਾਂਗੇ ਆਪਾਂ। ਅਤੇ ਮੌਸਮ ਤਾਂ ਵਧੀਆ ਹੋ ਗਿਆ ਹੁਣ, ਤਾਂ ਚਲੋ ਵਧੀਆ ਮੀਂਹ ਨਹੀਂ ਪੈ ਰਿਹਾ, ਉਹ ਤੁਹਾਨੂੰ ਤਾਂ ਸਹੀ ਦਿਖਾ ਸਕਦਾ ਵਧੀਆ ਤਰੀਕੇ ਨਾਲ। ਕੋਚ ਇੱਦਾਂ ਦਾ ਹੈਗਾ, ਦੇਖ ਸਕਦੇ ਹੋ, ਅਤੇ ਇੰਨਾ ਕੁ ਦੇਖ ਸਕਦੇ ਹੋ ਹੈਗਾ ਇਹਨਾਂ ਦਾ। ਸ਼ੀਸ਼ਾ ਥੋੜ੍ਹਾ ਗੰਦਾ ਤਾਂ ਹੈਗਾ, ਪਰ ਕੋਈ ਗੱਲ ਨਹੀਂ, ਕੰਮ ਚਲਾਉ ਤਾਂ ਹੈਗਾ ਹੀ ਹੈ, ਬਾਕੀ ਜਰਨੀ ਵਧੀਆ ਜਾਵੇ ਉਮੀਦ ਕਰਦੇ ਹਾਂ ਆਪਾਂ। ਅਤੇ ਜੋ ਟ੍ਰੇਨ ਚੱਲੂਗੀ ਹੁਣ ਦਿਖਾਵਾਂਗੇ। ਅਤੇ ਇੱਧਰ ਆਪਣੀ ਹੈਗੀ ਹੈ ਹਾਵੜਾ ਅੰਮ੍ਰਿਤਸਰ ਮੇਲ ਲੇਟ ਚੱਲ ਰਹੀ ਹੈ, ਅਤੇ ਗੱਡੀ ਡਿਪਾਰਟ ਕਰ ਗਈ ਅੰਬਾਲਾ ਕੰਜੰਕਸ਼ਨ ਤੋਂ, ਦੇਖ ਸਕਦੇ ਹੋ।
ਇੱਧਰ ਹੀ ਅਪਲਾਈ ਕਰ। ਪਹਿਲੇ ਤਾਂ ਨਾ ਜਿਹੜੀ ਕੰਪਨੀ ਬਦਨਾਮ ਬਣੀ ਜ਼ਰੂਰੀ ਨਹੀਂ, ਪਹਿਲੇ ਜਿਹੜੀ ਬਦਨਾਮ ਬਹੁਤ ਸੀ। ਮਾਲਵਾ ਐਕਸਪ੍ਰੈਸ ਨਿਕਲ ਕੇ ਡਿਪਾਰਟ ਕਰ ਰਹੀ ਹੈ ਲੁਧਿਆਣੇ ਜੰਕਸ਼ਨ। ਇੱਥੇ ਟ੍ਰੇਨ 10 ਮਿੰਟ ਪਹਿਲਾਂ ਹੀ ਆ ਗਈ ਮੇਰੇ ਖਿਆਲ ਨਾਲ, ਹਜੇ 50 ਹੋਏ 55 ਟਾਈਮ ਸੀਗਾ, ਅਤੇ ਥੋੜ੍ਹਾ ਟਾਈਮ ਪਹਿਲਾਂ ਹੀ ਗੱਡੀ ਆ ਗਈ ਹੈ ਲੁਧਿਆਣਾ ਜੰਕਸ਼ਨ ਦੇ ਵਿੱਚ, ਅਤੇ ਇੱਥੋਂ ਮਾਲਵਾ ਦੀ ਪਾਰਟ ਕਰ ਗਈ ਹੈ, ਅਤੇ ਇੱਧਰ ਮੋਗਾ ਇੰਟਰਸਿਟੀ ਐਕਸਪ੍ਰੈਸ ਜਿਹੜੀ ਹੈਗੀ ਉਹ ਵੀ ਚੱਲਣ ਨੂੰ ਤਿਆਰ ਖੜੀ ਹੈ ਬਸ। ਬਾਕੀ ਮਾੜਾ ਸਟੇਸ਼ਨ ਦੇ ਇੱਥੇ ਲੁਧਿਆਣੇ ਖੜੀ ਹੈ, ਅਤੇ ਹੁਣ ਮਾੜਾ 10 ਮਿੰਟ ਖੜੂਗੀ ਗੱਡੀ ਹੈ ਇੱਥੇ ਲੁਧਿਆਣਾ ਜੰਕਸ਼ਨ ਦੇ ਵਿੱਚ, ਮਗਰ ਟ੍ਰੇਨ ਪੂਰੀ ਖਾਲੀ ਹੋ ਗਈ ਇੱਥੇ, ਆਲਮੋਸਟ ਗੱਡੀ ਮਤਲਬ 50 ਸਵਾਰੀ ਇੱਥੇ ਦੀ ਹੁੰਦੀ ਹੁੰਦੀ ਹੈ ਟ੍ਰੇਨ 'ਤੇ, ਅਤੇ ਹੁਣ ਟ੍ਰੇਨ ਜਦੋਂ ਨੈਗੇਟਿਵ ਹੋ ਗਈ ਤਾਂ ਤੁਹਾਨੂੰ ਖੜ੍ਹ ਗਿਆ ਹੋਣਾ। ਠੀਕ ਆ, ਮੈਂ ਦੇਖ ਰਿਹਾ ਕੋਚ ਜਾਮਨ ਦਾ ਕੋਚ ਆ, ਪਰ ਇਹ ਥੋੜ੍ਹਾ ਮੋਡਰਨ ਟਾਈਪ ਦਾ ਬਣਾਇਆ, ਦੇਖ ਸਕਦੇ ਹੋ ਅੰਦਰ ਵੀ ਕਿੰਨਾ ਵਧੀਆ ਲੱਗ ਰਿਹਾ। ਜਾਮਨ ਦਾ ਕੋਚ ਲਾਇਆ ਰੇਲਵੇ ਨੇ, ਰੇਲਵੇ ਵੀ ਕਮਾਲ ਹੀ ਕਰ ਦਿੱਤੀ ਹੈ, ਮੋਡਰਨ ਕੋਚ ਬਿਲਕੁਲ ਨਵਾਂ ਕੋਚ ਲਾਇਆ। ਸਾਹਮਣੇ ਵੀ ਦੋ ਇੱਕ ਹੋਰ ਵੀ ਉੱਥੇ ਖੜ੍ਹੀ, ਪਤਾ ਨਹੀਂ ਕਿਹੜੀ ਆ, ਉੱਧਰੋਂ ਉੱਧਰ ਜਾਣ ਲਈ ਹੋਈ ਹੈ, ਜੰਮੂ ਜਾਣ ਲਈ ਖੜ੍ਹੀ ਹੈ ਕੋਈ ਸ਼ਾਇਦ, ਇੱਧਰ ਆ ਖੜ੍ਹੀ ਹੈ ਮੋਗਾ ਇੰਟਰਸਿਟੀ ਐਕਸਪ੍ਰੈਸ। ਟ੍ਰੇਨ ਹੈਗੀ ਖੜ੍ਹੀ ਹੈ, ਨਿਕਲ ਰਹੀ ਹੈ ਮੈਂ ਜੰਮੂ ਤੋਂ ਵੀ ਅਹਿਮਦਾਬਾਦ ਨੇ, ਪਰ ਉਹਦਾ ਰੂਟ ਵੱਡਣ ਗੱਡੀ ਹੈ, ਇਹ ਫਿਰੋਜ਼ਪੁਰ ਤੋਂ ਸੁਲਤਾਨਪੁਰ ਲੋਧੀ ਹੁੰਦੇ ਹੋਏ ਜਾਂਦੀ ਹੁੰਦੀ ਹੈ ਉੱਧਰ ਜਲੰਧਰ ਗੱਡੀ, ਅਤੇ ਉਹਨਾਂ ਦਾ ਗਲਤ ਗਲਤ ਆ ਗਿਆ ਇੱਧਰ, ਰੂਟ ਵੱਡ ਹੋ ਜਾਂਦਾ ਗੱਡੀ, ਰੂਟ ਵੱਡ ਗੱਡੀ ਹੈ ਅਹਿਮਦਾਬਾਦ ਜੋਧਪੁਰ ਜੰਮੂ ਦਾ ਵੀ ਨਹੀਂ ਜਾਂਦਾ, ਉਹੀ ਹੈ ਰੂਟ ਵੱਡ ਗੱਡੀ ਹੋਈ ਹੈ, ਰੂਟ ਵੱਡਣ ਹੈ ਸੋਮਨਾਥ ਐਕਸਪ੍ਰੈਸ ਹੈ। ਤੇ ਇੱਧਰ ਹਾਵੜਾ ਅੰਮ੍ਰਿਤਸਰ ਮੇਲ ਇਹ ਵੀ ਆ ਗਈ ਹੈ ਇੱਧਰ, ਇਹ ਆਪਾਂ ਨੂੰ ਅੰਬਾਲੇ ਕਹਿਣ ਮਿਲੀ ਸੀਗੀ ਆਪਣੇ ਡਿਪਾਰਚਰ ਦੇ ਵਿੱਚ। ਇੱਕ ਵਜੇ ਦੋ ਵਜੇ
और ट्रेन आ चुकी है जलंधर सिटी स्टेशन पे। बाकी इतने ट्रेन दो मिनट ही मतलब खड़ी है, ट्रेन ने फोरन भी करता है। तो इतनी गड्डी आई सी 2:12 पर आई सी इतने ट्रेन, तो बस हम ट्रेन डिपार्चर भी मन लगी मैं मतलब ट्रेन ने होकिंग करती है। बाकी हम ट्रेन अमृतसर जाऊगी, फिर अमृतसर तो लोकोड बरसल होगा, फिर जाऊगी बटाला जंक्शन, उस तो फिर अगर पठानकोट पठानकोट जंक्शन जाऊंगी। तो इधर ही प्लेटफॉर्म पर दौड़े कोई गड्डी आने तो देख सकते हो रश है पूरा, लगता भी यूपी वाली गड्डी आनी है। मैं लगता रश टाइम शहीद के टाइम होंगे, शहीद और शायद आ रही होगी वो भी रश होता है। बड़ी ट्रेन हम डिपार्ट कर रही हूँ सिग्नल भी हो गया, ग्रीन सिग्नल हो गया गड्डी का, तो बस चल पी थोड़ी देर तक गड्डी। ट्रेन आ चुकी है ब्यास स्टेशन पे, तो ब्यास जंक्शन भी हैगा इतों एक ना अपना हैगा गोइंदवाल साहब तरन तारण खंडूर साहब ये लाइन मिलती है कि इतों, तो ज़्यादा वधिया ट्रेन चलती है इतने डी एम जी स्पेशल ट्रेन चलती है वही चलती है। बाकी इतनी ठंडी ठंडी हवा चल रही है थोड़ी जी, तो मैं सो गया सी नींद जा रही थी, तो उस तो बाद हम ट्रेन ब्यास जंक्शन पर आ गई है, तो हम बस अमृतसर आ जाऊगा इस तो बाद। ਆਲੇ ਚਲੀ ਜਾਂਦੀ ਸਿੱਧਾ ਤਰਨ ਤਾਰਨ ਨੂੰ।
ਅੰਮ੍ਰਿਤਸਰ ਜੰਕਸ਼ਨ ਦੇ ਹੁਣ ਲੋਕੋ ਰਿਵਰਸਲ ਹੋਊਗਾ ਅਤੇ ਤੁਹਾਨੂੰ ਪਤਾ ਹੀ ਹੈ ਇੱਥੇ ਤਾਂ ਫੇਮਸ ਹਰਿਮੰਦਰ ਸਾਹਿਬ ਹੈਗਾ ਜਿਹਨੂੰ ਸਵਰ ਮੰਦਰ ਵੀ ਕਹਿੰਦੇ ਸਵਰਨ ਦੇ ਇੱਕ ਟ੍ਰੇਨ ਵੀ ਚੱਲਦੀ ਹੈ ਗੋਲਡਨ ਟੈਂਪਲ ਮੇਲ ਐਕਸਪ੍ਰੈਸ ਵਿੱਚ ਕਾਫੀ ਟ੍ਰੇਨ ਚੱਲਦੀ ਇੱਕ ਅਕਾਲ ਤਖਤ ਐਕਸਪ੍ਰੈਸ ਵੀ ਚੱਲਦੀ ਹੈ ਸ਼ਤਾਬਦੀ ਵੀ ਚੱਲਦੀ ਹੈ ਕਾਫੀ ਪ੍ਰਕਾਰ ਦੀ ਟ੍ਰੇਨਾਂ ਚੱਲਦੀ ਹੈ ਸੱਚਖੰਡ ਚੱਲਦੀ ਹੈ ਇੱਥੋਂ ਕਾਫੀ ਮਤਲਬ ਇਹ ਪੰਜਾਬ ਦੀ ਜਿਹੜੀ ਵੀ ਟ੍ਰੇਨਾਂ ਹੁੰਦੀਆਂ ਨਾ ਜ਼ਿਆਦਾਤਰ ਅੰਮ੍ਰਿਤਸਰ ਤੋਂ ਹੀ ਸਟਾਰਟ ਹੁੰਦੀ ਹੈ ਜਾਂ ਜੰਮੂ ਵਾਲੀਆਂ ਹੁੰਦੀ ਹੈ ਅਤੇ ਹੁਣ ਟ੍ਰੇਨ ਸਾਡੇ ਹੈਗੀ ਹੈ ਇੱਥੇ ਅੰਮ੍ਰਿਤਸਰ ਵਿੱਚ ਹੁਣ ਇਹਦਾ ਲੋਕੋ ਰਿਵਰਸਲ ਹੋਊਗਾ ਲੋਕੋ ਰਿਵਰਸਲ ਤੋਂ ਬਾਅਦ ਆਪਣਾ ਅੱਗੇ ਲੱਗ ਲੱਗੂਗਾ ਅਤੇ ਅਗਰ ਆਪਾਂ ਅੱਗੇ ਦੀ ਗੱਲ ਕਰੀਏ ਅੱਗੇ ਚਲਾ ਜਾਊਗਾ ਤਰਨ ਤਾਰਨ ਨੂੰ ਟਰੈਕ ਚਲਾ ਜਾਂਦਾ ਅਤੇ ਅਟਾਰੀ ਜਿਹੜਾ ਪਾਕਿਸਤਾਨ ਦਾ ਬੋਰਡਰ ਦੇ ਕੋਲ ਜਿਹੜਾ ਹੈਗਾ ਉੱਥੇ ਚਲਾ ਜਾਂਦਾ ਬਾਕੀ ਹੁਣ ਟ੍ਰੇਨ 2 ਨੰਬਰ 'ਤੇ ਆਈ ਹੈ ਅਤੇ ਗੱਡੀ ਮੈਂ ਆਲਮੋਸਟ ਖਾਲੀ ਹੋ ਚੁੱਕੀ ਹੈ ਇੱਥੇ ਆ ਕੇ ਅਤੇ ਪਹਿਲਾਂ ਵੀ ਖਾਲੀ ਹੋਈ ਗਈ ਸੀਗੀ ਬਿਆਸ ਕੋਲ ਆ ਕੇ ਗੱਡੀ ਖਾਲੀ ਹੋ ਹੀ ਜਾਂਦੀ ਹੈ ਅਤੇ ਅੰਮ੍ਰਿਤਸਰ ਵੀ ਖਾਲੀ ਹੋ ਗਈ ਅਤੇ ਹੁਣ ਲੋਕੋਮੋਟਿਵ ਡਿਟੈਚ ਹੋ ਗਿਆ ਹੁਣ ਇਸ ਤੋਂ ਬਾਅਦ ਲੋਕੋਮੋਟਿਵ ਇਹ ਉੱਧਰ ਲੱਗੂਗਾ ਫਿਰ ਉੱਥੇ ਦਿਖਾਉਂਦੇ ਤੁਹਾਨੂੰ ਅਤੇ ਉੱਧਰ ਖੜੀ ਹੈ ਆਪਣੀ ਚੰਡੀਗੜ੍ਹ ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈਸ ਜਿਹੜਾ ਇਸ ਵਕਤ ਉੱਥੇ ਆਪਣੀ ਟ੍ਰੇਨ ਖੜੀ ਹੈ ਦਿੱਲੀ ਪਠਾਨਕੋਟ ਐਕਸਪ੍ਰੈਸ ਅੰਮ੍ਰਿਤਸਰ ਜੰਕਸ਼ਨ 'ਤੇ ਖੜੀ ਹੈ ਅਤੇ 3:30 ਆ ਗਈ ਸੀ ਗੱਡੀ ਇੱਧਰ ਖੜੀ ਹੋਈ ਹੈ ਅੰਮ੍ਰਿਤਸਰ ਸ਼ਤਾਬਦੀ 16 ਸ਼ਤਾਬਦੀ ਐਕਸਪ੍ਰੈਸ ਫਰੈਂਡਸ ਛੱਤੀਸਗੜ੍ਹ ਐਕਸਪ੍ਰੈਸ ਅਤੇ ਪਠਾਨਕੋਟ ਦਿੱਲੀ ਪਠਾਨਕੋਟ ਇਕੱਠਿਆਂ ਦਾ ਪੈਰਲ ਡਿਪਾਰਚਰ ਹੋ ਰਿਹਾ ਅੰਮ੍ਰਿਤਸਰ ਜੰਕਸ਼ਨ ਤੋਂ ਹੋਰ ਇਹ ਵੀ ਗੱਡੀ ਕੱਢ ਜਾਂਦੀ
ਕਰਦਾ ਤਾਂ ਉਹ ਵੀ ਕਰਦਾ ਹਾਂ ਮੈਂ ਬਟਾਲੇ ਸਟੇਸ਼ਨ 'ਤੇ ਆ ਚੁੱਕੀ ਹੈ ਅਤੇ ਹੋਰਨ ਵੀ ਵੱਜ ਗਿਆ ਹੁਣ ਟ੍ਰੇਨ ਦਾ ਅਤੇ ਅਸੀਂ ਬਟਾਲੇ ਸਟੇਸ਼ਨ ਰੁਕ ਚੁੱਕੇ ਹਾਂ। ਗੱਡੀ ਥੋੜ੍ਹੀ ਲੇਟ ਹੋ ਗਈ, 4:30 ਤੋਂ ਪਹਿਲਾਂ ਥੋੜ੍ਹੇ ਉੱਤੇ ਹੋ ਗਏ, 4:45 ਹੋ ਗਏ ਹੁਣੇ ਆ। ਅਤੇ ਹੁਣ ਗੱਡੀ ਅੱਡ ਮੈਂ ਡਿਪਾਰਚਰ ਬਣਾਉਂਦਾ ਅਤੇ ਗੱਡੀ ਡਿਪਾਰਟ ਕਰਨ ਲੱਗੀ ਹੈ ਹੁਣ। ਅਤੇ ਮੌਸਮ ਬੜਾ ਵਧੀਆ ਇੱਥੇ ਵੀ ਅਤੇ ਟ੍ਰੇਨ ਬੜੀ ਵਧੀਆ ਸੀ ਦਿੱਲੀ ਪਠਾਨਕੋਟ ਐਕਸਪ੍ਰੈਸ। ਅਤੇ ਹੁਣ ਪਠਾਨਕੋਟ ਜਾਊਗੀ ਗੁਰਦਾਸਪੁਰ, ਧਾਰੀਵਾਲ ਗੁਰਦਾਸਪੁਰ ਦੀਨਾ ਨਗਰੀ ਅਤੇ ਪਠਾਨਕੋਟ ਜੰਕਸ਼ਨ ਜਾਊਗੀ ਹੁਣੇ। ਭੰਡਾਰੀ ਗੇਟ ਮੈਂ
ਟ੍ਰੇਨ ਡਿਪਾਰਟ ਕਰ ਚੁੱਕੀ ਹੈ ਅਤੇ ਆਪਣੀ ਵੀਡੀਓ ਅਪਣੀ ਤੱਕ ਹੀ ਸੀਗੀ ਹੈ ਵਲੋਗ ਆਪਣਾ ਅਤੇ ਜੋ ਚੰਗਾ ਲੱਗਿਆ ਮੈਂ ਤਾਂ ਲਾਈਕ ਐਂਡ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਦਿਓ ਕਰ ਦਿਓ ਤਾਂ ਕਿ ਹੋਰ ਵੀ ਇੱਧਰ ਲਿਆਉਂਦਾ ਰਹੇ ਅਤੇ ਥੈਂਕ ਯੂ ਫਰੈਂਡਸ।